ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ 8th ਕਲਾਸ ਦੀ ਜਿਹੜੀ ਫਾਈਨਲ ਐਗਜ਼ਾਮਸ ਦੀ ਜਿਹੜੀ ਤੁਹਾਡੀ ਡੇਟ ਸ਼ੀਟ ਆ ਉਹ ਤੁਹਾਨੂੰ ਪਤਾ ਹੈ ਕਿ ਜਿਹੜੇ ਤੁਹਾਡੇ ਫਾਈਨਲ ਐਗਜ਼ਾਮ ਨੇ ਉਹ ਸਟਾਰਟ ਹੋਣੇ ਨੇ ਹੁਣ ਫਰਵਰੀ ਤੋਂ ਮਾਰਚ ਜਿਹੜੇ ਤੁਹਾਡੇ ਐਗਜ਼ਾਮ ਚੱਲਣੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਡੇਟ ਸ਼ੀਟ ਹੈ ਜਿਹੜੀ ਜਾਰੀ ਕੀਤੀ ਗਿਆ ਤੁਹਾਡੀ ਪ੍ਰੀਖਿਆ ਦਾ ਜਿਹੜਾ ਟਾਈਮ ਆ ਤੁਹਾਡੇ ਐਗਜ਼ਾਮ ਦਾ ਟਾਈਮ ਆ ਉਹ 10 ਵਜੇ ਸ਼ੁਰੂ ਹੋਏਗਾ ਤੁਹਾਡਾ ਐਗਜ਼ਾਮ ਸਵੇਰ 10 ਵਜੇ ਸ਼ੁਰੂ ਹੋਏਗਾ 3 ਘੰਟੇ ਦਾ ਜਿਹੜਾ ਸਮਾਂ ਤੁਹਾਨੂੰ ਹੋਏਗਾ ਉਸ ਤੋਂ ਇਲਾਵਾ 30 ਮਿੰਟ ਜਿਹੜੇ ਤੁਹਾਨੂੰ OMR ਸ਼ੀਟ ਫਿਲ ਕਰਨ ਦੇ ਲਈ ਐਕਸਟਰਾ ਦਿੱਤੇ ਜਾਣਗੇ। ਤੁਹਾਡੇ ਐਗਜ਼ਾਮ ਨੇ ਜਿਹੜੇ ਸਟਾਰਟ ਹੈ 25 ਤਰੀਕ ਤੋਂ 25 ਫੈਬ ਤੋਂ ਫੈਬਰਰੀ 'ਚ ਹੀ ਸਟਾਰਟ ਹੋ ਜਾਣੇ ਨੇ। 25 ਫਰਵਰੀ ਨੂੰ ਜਿਹੜਾ ਤੁਹਾਡਾ ਫਰਸਟ ਐਗਜ਼ਾਮ ਹੈ ਸਮਾਜਿਕ ਵਿਗਿਆਨ ਦਾ। ਨੈਕਸਟ ਤੁਹਾਡਾ ਐਗਜ਼ਾਮ ਹੈ 27 ਤਰੀਕ ਨੂੰ ਇੰਗਲਿਸ਼ ਦਾ। 30 ਤਰੀਕ ਨੂੰ ਤੁਹਾਡਾ ਐਗਜ਼ਾਮ ਹੈ ਪੇਂਡਲੀ ਭਾਸ਼ਾ ਪੰਜਾਬੀ। ਪੰਜਾਬੀ ਨੈਕਸਟ 1 ਤਰੀਕ ਨੂੰ ਜਿਹੜਾ ਐਗਜ਼ਾਮ ਵੈਲਕਮ ਲਾਈਫ ਦਾ ਸਵਾਗਤ ਜ਼ਿੰਦਗੀ ਨੈਕਸਟ 2 ਤਰੀਕ ਨੂੰ ਤੁਹਾਡਾ ਐਗਜ਼ਾਮ 2 ਮਾਰਚ ਨੂੰ ਵਿਗਿਆਨ ਦਾ ਉਸ ਤੋਂ ਬਾਅਦ 3 ਤਰੀਕ ਨੂੰ ਤੁਹਾਡਾ ਐਗਜ਼ਾਮ ਹੋਣਾ ਕੰਪਿਊਟਰ ਸਾਇੰਸ ਦਾ ਉਸ ਤੋਂ ਹੀ ਨੈਕਸਟ ਡੇ ਤੁਹਾਡਾ 4 ਮਾਰਚ ਨੂੰ ਜਿਹੜਾ ਤੁਹਾਡਾ ਐਗਜ਼ਾਮ ਹੋ ਹੈ ਦੂਜੀ ਭਾਸ਼ਾ ਪੰਜਾਬੀ ਉਡ ਟੂ ਹਿੰਦੀ ਜਿੰਨਾ ਦਾ ਵੀ ਨੈਕਸਟ 6 ਤਰੀਕ ਨੂੰ ਫਿਰ ਤੁਹਾਡਾ ਇਗਜ਼ਾਮ ਹੈ ਗਣਿਤ ਦਾ ਮੈਥ ਦਾ ਫਿਰ 20 ਮਾਰਚ ਨੂੰ ਤੁਹਾਡਾ ਇਗਜ਼ਾਮ ਹੈ ਫਿਜ਼ੀਕਲ ਦਾ ਨੈਕਸਟ ਤੁਹਾਡਾ ਇਗਜ਼ਾਮ ਹੈ 21 ਮਾਰਚ ਨੂੰ ਚੌਨਵੇਂ ਵਿਸ਼ੇ ਨੇ ਜਿਹੜੇ ਖੇਤੀਬਾੜੀ ਡਾਂਸ ਮੈਟ੍ਰੀਕਲ ਡਰਾਇੰਗਾਂ ਤੇ ਚਿੱਤਰਕਲਾ ਗ੍ਰੈਵ ਗਿਆਨ ਇਹਨਾਂ ਦੇ ਵਿੱਚੋਂ ਜਿੰਨਾ ਤੇ ਜੋ ਸਬਜੈਕਟ ਹੈ ਉਸੇ ਸਬਜੈਕਟ 21 ਮਾਰਚ ਸੋ 8th ਕਲਾਸ ਦੇ ਜਿਹੜੇ ਐਗਜ਼ਾਮਸ ਦੀ ਡੇਟ ਸ਼ੀਟ ਸੀ ਇਹ ਥੈਂਕ ਯੂ ਸਟੂਡੈਂਟਸ ਫॉर ਵਾਚਿੰਗ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਵੀਡੀਓ ਐਂਡ ਸਬਸਕ੍ਰਾਈਬ ਆਵਰ ਚੈਨਲ ਫॉर ਮੋਰ ਸਟੱਡੀ ਵੀਡੀਓਜ਼